सारे दर्शकों नूं सत श्री अकाल। फतेह इलैक्ट्रिक बाइक देख रहे हो तुसीं। इह श्री मुक्तसर साहब दे इक पिंड दा नौजवान आ, खुद अपनियां बाइक्स तैयार करदा ते उहदे नाल मिलावांगे। हांजी भाई, की नाम आ तुहाडा? मेरा नाम सिमरजीत सिंह है जी। मैं कोटली अबलू पिंड कोठी चीदेवाल दा रहण वाला, जिला मुक्तसर दा जी। अच्छा भाई, आ तां बड़ा तुसीं घर ही खुल्ली बैठे, सारा एजेंसी है, की कुछ बनाई बैठे? आ जाओ माड़ा, दस दिन दा चलदे आपां, आ दस्सी चलो इहदे बारे। ਇਹ ਮੈਂ ਇਲੈਕਟ੍ਰਿਕ ਮੋਟਰਸਾਈਕਲ ਤਿਆਰ ਕਰਦਾ ਜੀ। ਸ਼ੁਰੂ 'ਚ ਜਿਹੜਾ ਮੇਰਾ ਪ੍ਰੋਜੈਕਟ ਸੀਗਾ, ਕੋਈ ਐਡੇ ਵੱਡੇ ਲੈਵਲ ਦਾ ਨਹੀਂ ਸੀ। ਮੈਂ ਇੱਕ ਛੋਟੇ ਜਿਹੇ ਲੈਵਲ ਤੋਂ ਆਪਣਾ ਬਾਈਕ ਤਿਆਰ ਕੀਤਾ ਸੀ। ਅੱਛਾ। ਜਦਕਿ ਆਪਾਂ ਸੋਚਦੇ ਹਾਂ ਕਿ ਬੰਦੇ 'ਚ ਇਰਾਦਾ ਚਾਹੀਦਾ ਕੰਮ ਕਰਨ ਦਾ, ਕੋਈ ਜਗ੍ਹਾ ਕੋਈ ਟਾਈਮ ਕੁਛ ਵੀ ਮੈਟਰ ਨਹੀਂ ਕਰਦਾ। ਜਦੋਂ ਜਾਗੋਗੇ ਉਦੋਂ ਹੀ ਸਵੇਰਾ, ਕਿਸੇ ਦਾ ਦਿਨ ਤੜਕੇ 4 ਵਜੇ ਸ਼ੁਰੂ ਹੁੰਦਾ ਤਾਂ ਕਿਸੇ ਦਾ 10 ਵਜੇ। ਪਰ ਜਿਹੜਾ ਪ੍ਰੋਜੈਕਟ ਆ, ਮੈਂ ਮੋਟਰਸਾਈਕਲ ਇੱਕ ਤਿਆਰ ਕੀਤਾ ਆਪਣੇ ਲੈਵਲ 'ਤੇ, ਆਪਣੇ ਵਾਸਤੇ ਤਿਆਰ ਕੀਤਾ। ਅਤੇ ਉਸ ਤੋਂ ਬਾਅਦ ਮੈਨੂੰ ਸਹਿਯੋਗ ਮਿਲਣ ਲੱਗਿਆ ਕਿ ਮੋਟਰਸਾਈਕਲ ਆਪਣਾ ਵਧੀਆ ਚੱਲ ਰਿਹਾ। ਜਦੋਂ ਕਸਟਮਰ 'ਚ ਜਦੋਂ ਆਪਾਂ ਨੂੰ ਲੋਕ ਆ ਕੇ ਆਖਣਗੇ ਇਸ ਚੀਜ਼ ਵਧੀਆ ਉਦੋਂ ਹੁੰਦੀ ਆ। ਆਪਣੇ ਵੱਲੋਂ ਹਰੇਕ ਹੀ ਵਧੀਆ ਕਰਕੇ ਭੇਜਦਾ, ਪਰ ਬਹੁਤੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਪ੍ਰੋਜੈਕਟ ਵੀ ਫੇਲ ਹੋ ਜਾਂਦੇ ਆ, ਪਰ ਮੇਰੇ ਇਹ ਚੀਜ਼ ਨਹੀਂ ਦੇਖਣ ਨੂੰ ਮਿਲੀ। ਮੇਰੀ ਚੀਜ਼ ਕਾਮਯਾਬ ਜਾ ਰਹੀ ਆ, ਵਧੀਆ ਚੱਲ ਰਿਹਾ, ਜਿੱਥੋਂ ਤੀਕ ਸਾਲ ਤੱਕ ਦੇ ਮੋਟਰਸਾਈਕਲ ਚੱਲ ਰਹੇ ਆ। ਪਰ ਜਿਹੜਾ ਇੱਥੋਂ ਮੈਂ ਸੋਚਿਆ ਸੀਗਾ ਕਿ ਆਪਾਂ ਜਦੋਂ ਕੰਮ ਕਰਦੇ ਹਾਂ, ਮੇਰਾ ਸ਼ੁਰੂ ਤੋਂ ਪ੍ਰੋਜੈਕਟ ਸੀਗਾ ਮੈਂ ਵੱਡੇ ਲੈਵਲ 'ਤੇ ਜਾਣਾ ਤਾਂ ਵੱਡੇ ਵੱਡੇ ਪ੍ਰੋਜੈਕਟ ਤਿਆਰ ਕਰਨੇ ਆ, ਪਰ ਉਹਦੇ ਵਾਸਤੇ ਆਪਾਂ ਨੂੰ ਇੱਕ ਚੀਜ਼ ਵੀ ਚਾਹੀਦੀ ਸੀ। ਆਪਾਂ ਨੂੰ ਸੋਚਦੇ ਹਾਂ ਕਿ ਮੁੰਡੇ ਜ਼ਿਆਦਾਤਰ ਅੱਜ ਦੇ ਇਹ ਸੋਚਦੇ ਆ ਕਿ ਮੈਨੂੰ ਚੰਗਾ ਦਾ ਸ਼ੋਰੂਮ ਹੋਵੇ ਫਿਰ ਕੰਮ ਸਟਾਰਟ ਕਰਾਂਗੇ, ਜਾਂ ਚੰਗੀ ਜਗ੍ਹਾ ਹੋਵੇ ਰੋਡ ਨਾਲ ਲੱਗ ਜਾਵੇ। ਮੈਨੂੰ ਉਹ ਚੀਜ਼ ਦੀ ਕੋਈ ਨੀਡ ਨਹੀਂ ਸੀ। ਜੇ ਆਪਣੀ ਚੀਜ਼ 'ਚ ਦਾਮਾ ਤਾਂ ਲੋਕ ਚੱਲ ਗਿਆ ਫਿਰ ਆਉਂਗੇ। ਅੱਛਾ ਬਾਈ, ਆਹ ਦੱਸੋ ਮਾੜਾ ਜਿਹਾ ਕਿਵੇਂ ਸਾਰਾ ਤਿਆਰ ਕੀਤਾ ਹੈ ਅਤੇ ਕਿੰਨਾ ਖਰਚਾ ਆਇਆ ਤੁਹਾਡਾ ਬਾਈਕ 'ਤੇ, ਕਿੰਨੇ ਜਾਂਦੀ ਹੈਗੀ ਐਵਰੇਜ, ਕਿੰਨੀ ਦੇ ਇਹ ਬਾਈਕ ਹੈ ਜੀ? ਇਹਦੀ ਜਿਹੜੀ ਲੰਬਾਈ ਆ ਬੁਲਟ ਬਾਈਕ ਜਿੰਨੀ ਆ, ਇਹਦੇ 'ਚ ਘੱਟ ਤੋਂ ਘੱਟ 10 ਤੋਂ 12 ਮੋਟਰਸਾਈਕਲ ਦਾ ਸਮਾਨ ਵਰਤ ਹੈਗਾ ਜੀ ਅਲੱਗ ਅਲੱਗ। ਇਹਦਾ ਵੇਟ ਵੀ ਬਹੁਤ ਜ਼ਿਆਦਾ ਹੈਵੀ ਹੈ ਬੁਲਟ ਦੀ ਤਰ੍ਹਾਂ, ਆਏ ਨਹੀਂ ਵੀ ਇਲੈਕਟ੍ਰਿਕ ਸਕੂਟਰ ਆਪਾਂ ਹਲਕਾ ਕਰਕੇ ਵਰਤਣ ਦਾ ਸੋਚਿਆ, ਜਿਹਦਾ ਕਰਕੇ ਇਹਨੂੰ ਚੱਲਣ ਵਿੱਚ ਸੜਕ ਨਾਲ ਇੱਕਦਮ ਹੀ ਜੁੜ ਕੇ ਚੱਲਦਾ। ਇਹਨੂੰ ਚਲਾਉਣ ਦਾ ਹੀ ਬਹੁਤ ਵਧੀਆ ਕੰਫਰਟ ਮਿਲਦਾ। ਜੰਪ ਵਗੈਰਾ ਹੋ ਗਿਆ ਜਾਂ ਆਪਾਂ ਸ਼ੋਕਰ ਹੋ ਗਿਆ, ਬਹੁਤ ਵਧੀਆ ਕੁਆਲਿਟੀ ਦੀ ਹਰੇਕ ਚੀਜ਼ ਵਰਤੀ ਗਈ ਆ। ਅਤੇ ਸੜਕ 'ਤੇ ਜਾ ਰਿਹਾ ਇੱਕ ਇਹਦੀ ਲੁੱਕ ਆਪਦੀ ਬਣਦੀ ਆ, ਜਿੱਦਾਂ ਸਪਲੈਂਡਰ ਜਾਂ ਬੁਲਟ ਨੂੰ ਲੋਕ ਚਾਹੁੰਦੇ ਆ। ਇਹ ਲੰਘਦਾ ਬੋਲਦੀ ਤੱਕ ਦੱਸਦਾ ਵੀ ਹਾਂ ਮੋਟਰਸਾਈਕਲ ਲੰਘ ਗਿਆ, ਬਿਲਕੁਲ ਸਾਈਲੈਂਟ ਆ, ਜਿਹਦੀ ਆਵਾਜ਼ ਨਹੀਂ ਆਉਂਦੀ। ਅਤੇ ਇਹਦਾ ਜਿਹੜਾ ਬੈਟਰੀ ਸਿਸਟਮ ਆ ਜੀ, ਇਹਨੂੰ ਲੈ ਕੇ ਚਲਾਉਣ ਵਾਸਤੇ ਦਮਦਾਰ ਪੂਰਾ ਲੱਗਿਆ ਹੋਇਆ, ਪੂਰਾ ਸੇਫਟੀ ਪਰਪਸ ਇਹਦੇ ਧਿਆਨ 'ਚ ਰੱਖਿਆ। 200 ਕਿਲੋਮੀਟਰ ਤੱਕ ਇਹਨੂੰ ਚਲਾਉਣ ਵਾਸਤੇ ਸਹਾਇਕ ਹੈਗੀ ਆ ਜੀ। ਅੱਛਾ, ਫਿਰ ਸਾਰਾ ਪਰਿਵਾਰ ਤੁਸੀਂ ਕਰ ਰਹੇ ਹੈਗੇ ਸਾਰੇ ਤਿਆਰ? ਹਾਂਜੀ ਸਾਰਾ, ਅਸੀਂ ਆਪਣਾ ਫੈਮਿਲੀ ਆ ਜੀ, ਮੇਰੇ ਚਾਚਾ ਜੀ ਨਾਲ ਬੈਠੇ, ਆਪਣੇ ਫਾਦਰ ਸਾਹਿਬ ਬੈਠੇ ਜੀ, ਦੋਨੋਂ ਤਿੰਨੇ ਅਸੀਂ ਆਪ ਜੀ ਮਿਲ ਕੇ ਕੰਮ ਕਰਦੇ ਹਾਂ। ਇਹ ਰਾਜਸਥਾਨ ਤੋਂ ਆਈ ਯਾਮਾ ਮੋਟਰਸਾਈਕਲ ਆ, ਇਹਦੀ ਰੇਂਜ ਆ ਜਿਹੜੀ 100 ਕਿਲੋਮੀਟਰ ਦੀ ਆ, ਤੇ ਸਪੀਡ 80 ਤੱਕ ਦੀ ਦੇਊਗਾ ਜੀ। ਅੱਛਾ, ਤੇ ਜਦੋਂ ਬਈ ਇਹ ਮੈਂ ਤੁਹਾਨੂੰ ਤੁਸੀਂ ਜਾਣਨਾ ਚਾਹੁੰਦਾ ਹਾਂ, ਕਿਉਂਕਿ ਹੈ ਨਾ ਜਦੋਂ ਆਪਾਂ ਕੁਛ ਨਵਾਂ ਕਰਦੇ ਹਾਂ, ਆਈਡੀਆ ਕਿਵੇਂ ਆਇਆ ਸੀਗਾ ਵੀ ਐਂ ਵੀ ਤਿਆਰ ਹੋ ਸਕਦੀ ਆ ਬਾਈਕਸ? ਇਹ ਬੈਟਰੀ ਸੀ, ਹੋਰ ਕੁਛ ਨੀ ਸੀ, ਪਰ ਉਹਦੀ ਕੰਪਨੀ ਜਿਹੜੇ ਚਾਰਜਸ ਆ 50 ਤੋਂ 60 ਹਜ਼ਾਰ ਰੁਪਏ ਕਰਦੀ, ਤੇ ਉਹ ਚੱਲਦਾ 35-40 ਕਿਲੋਮੀਟਰ ਸੀ ਮਸਾਂ, ਤੇ ਦੋ ਬੰਦੇ ਉਹ ਫਿੱਟਾ ਨੀ ਸੀ। ਉੱਥੋਂ ਲੱਗਿਆ ਕਿ ਸਾਡਾ ਕੰਬਾਈਨ ਦਾ ਕੰਮ ਸੀਗਾ ਵੀ ਆਪਣੇ ਕੋਲ ਵੇਟ ਜ਼ਿਆਦਾ ਹੁੰਦਾ, ਸਕੂਟਰੀ ਦਾ ਕਾਮਯਾਬ ਨਹੀਂ, ਤੇ ਆਪਾਂ ਇਹਨੂੰ ਸੋਚ ਕੇ ਆਪਾਂ ਆਪਦਾ ਅਲੱਗ ਤੋਂ ਵੇਖ ਕੇ ਕੁਛ ਬਣਾ ਕੇ, ਮੈਂ ਚਾਚੇ ਕੋਲ ਗੱਲ ਕਰੀ, ਉਹ ਕਹਿੰਦਾ ਆਪਾਂ ਕਰ ਲੈਂਦੇ ਹਾਂ ਕੋਈ ਗੱਲ ਨਹੀਂ। ਤੇ ਅਸੀਂ ਬਾਈਕ ਤਿਆਰ ਕੀਤਾ ਜੀ, ਉਹਨੂੰ ਕਾਮਯਾਬ ਕਰਿਆ, ਮਿਹਨਤ ਲੱਗੀ ਉੱਥੇ ਕਾਫੀ। ਉਦੋਂ ਬਹੁਤ ਡਰਾਉਂਦੇ ਵੀ ਸੀ ਕਿ ਨਹੀਂ ਕਾਮਯਾਬ ਹੁੰਦਾ ਤੁਸੀਂ ਰਹਿੰਦੇ ਹੋ, ਮੱਥਾ ਨੰਬਰ ਉਹਨੇ ਦੀ ਸਕੂਟਰੀ ਆ ਜੂ, ਪਰ ਨਾ ਆਪਦੇ ਆਪ 'ਚ ਮਸਤ ਸੀ ਕਿ ਕਰਨਾ ਹੀ ਕਰਨਾ, ਸ਼ੌਂਕ ਸੀਗਾ ਜੀ, ਪੈਸੇ ਦੀ ਕੋਈ ਨੀਡ ਨਹੀਂ ਸੀ। ਅੱਜ ਤੀਕ ਮੈਂ ਕੰਮ ਕੀਤਾ, ਮੈਂ ਕੋਈ ਜ਼ਿਆਦਾ ਕਮਾਈ ਨਹੀਂ ਕਰੀ ਇਹ 'ਚੋਂ, ਮੈਂ ਆਪਦਾ ਸ਼ੌਂਕ ਨਾਲ ਕੰਮ ਕਰਦਾ ਜੀ। ਟਾਈਮ ਵੱਧ ਲੱਗ ਜਾਂਦਾ, ਕਈ ਕਸਟਮਰ ਕਹਿਣ ਲੱਗ ਜਾਂਦਾ ਕਿ ਮੈਨੂੰ ਤੁਸੀਂ 10 ਦਿਨ ਕਿਹਾ ਸੀ ਅਤੇ ਜਦ ਵੱਧ ਟਾਈਮ ਲੱਗ ਗਿਆ, ਟਾਈਮ ਲੱਗ ਜਾਂਦਾ, ਅਸੀਂ ਸ਼ੌਂਕ ਨਾਲ ਕੰਮ ਕਰਦੇ, ਜੇ ਕੋਈ ਦਿੱਕਤ ਆ ਗਈ ਹੋ ਸਕਦਾ ਪੁਰਜਾ ਲੈਣ ਖਾਤਰ ਸਾਨੂੰ 10 ਦਿਨ ਵੇਟ ਵੀ ਕਰਨੀ ਪਈ, ਪਰ ਉਹ ਲੈ ਕੇ ਲਾਉਣਾ। ਅੱਛਾ, ਸਕੂਟਰ ਦਾ ਕੀ ਬਣਾ ਰਹੇ ਆ? ਥੱਲੇ ਬੈਠੇ ਇਹ ਸਕੂਟਰ ਬੈਟਰੀ ਤੇ ਕਰ ਰਹੇ ਆ, 50 ਤੋਂ 60 ਕਿਲੋਮੀਟਰ ਚੱਲੂਗਾ ਇੱਕ ਚਾਰਜ ਨਾਲ, ਇਹਦੀ 50 ਤੱਕ ਦੀ ਸਪੀਡ ਹੋਊਗੀ। ਤੇ ਵੈਸੇ ਉਹਨਾਂ ਦਾ ਖੜਾ ਸਕੂਟਰ ਸੀਗਾ ਜੀ, ਉਹਨਾਂ ਦਾ ਜੱਦੀ ਸੀਗਾ, ਉਹ ਕਹਿੰਦੇ ਸੀ ਵੇਚਣਾ ਨਹੀਂ, ਤੂੜੀ ਵਾਲੇ, ਹਾਂਜੀ ਤੂੜੀ ਵਾਲੇ, ਜਾਨੀ ਕਿ ਆਪਾਂ ਕਹਿੰਦੇ ਆ ਵੀ ਵੇਚਣਾ ਨਹੀਂ, ਉਹ ਕਹਿੰਦੇ ਸਾਡਾ ਜੱਦੀ ਹੈ, ਇਹ ਪਛਾਣੀ ਆ, ਤੇ ਚੱਲੂਗੇ ਹਾਲਤ 'ਚ ਹੈ ਨਹੀਂ ਸੀਗਾ। ਅੱਛਾ, ਤੇ ਮੇਰੇ ਕੋਲ ਆਏ, ਕਹਿੰਦੇ ਇਹਦਾ ਕੀ ਹੋ ਸਕਦਾ? ਮੈਂ ਕਿਹਾ ਹਾਂਜੀ ਕੋਈ ਗੱਲ ਨਹੀਂ, ਜ਼ਰੂਰ ਕਰ ਦਿਆਂਗੇ। ਹਾਂਜੀ,
ਸਕੂਟਰ ਛੱਡ ਗਏ ਜੀ, ਬੈਠ ਗਿਆ ਮੈਨੂੰ ਦੇ ਗਏ, ਮੈਂ ਆਖਿਆ ਕੋਈ ਗੱਲ ਨੀ ਕਰ ਦਿਆਂਗੇ, ਤੇ ਹੁਣੇ ਤਿਆਰ ਹੋ ਰਿਹਾ ਜੀ, ਕੱਲ ਤੱਕ ਇਹ ਤਿਆਰ ਹੋ ਜਾਊਗਾ। ਗੇਅਰ ਗੂਰ ਸਾਰੇ ਕੱਢਦੇ ਨੇ ਬਾਈ? ਸਾਰੇ ਗੇਅਰ ਗੂਰ ਕੱਢਦੇ ਜੀ, ਇੱਕਦਮ ਰੇਸ ਦੇ ਕੰਟਰੋਲ ਚ ਹੋ ਗਿਆ, ਇਹਦੇ 3 ਸਪੀਡ ਮੋਡ ਆ ਗਿਆ, ਰਿਵਰਸ ਆ ਜਾਊਗਾ ਜੀ, ਪਾਰਕਿੰਗ ਮੋਡ ਆ ਜਾਂਦਾ, ਇਲੈਕਟ੍ਰਿਕ ਸਕੂਟਰੀ ਦੇ ਫੰਕਸ਼ਨ ਹੁੰਦੇ ਆ, ਸਾਰੇ ਸਾਰੇ ਫੰਕਸ਼ਨ ਇਹ ਚ ਹੋਣਗੇ, ਤੇ ਉਹਦੇ ਨਾਲ ਇਹਦੀ ਪਿਕਅਪ ਪਾਵਰ ਜ਼ਿਆਦਾ ਹੋ ਗਈ, 2 ਬੰਦੇ ਲੈ ਕੇ ਆਸਾਨੀ ਨਾਲ ਚੱਲੂਗਾ ਜੀ 50 ਦੀ। ਅੱਛਾ ਬਾਈ, ਇਹਦੀ ਕੋਈ ਤੁਸੀਂ ਸਟੱਡੀ ਵੀ ਕੀਤੀ ਹੈ ਕਿ ਵੈਸੇ ਕਿੰਨੀ ਸਟੱਡੀ? ਨਹੀਂ ਜੀ, ਇਹਦੀ ਮੈਂ ਕੋਈ ਸਟੱਡੀ ਨਹੀਂ ਕੀਤੀ, ਮੈਂ ਸਿਰਫ ਇੱਕ 10ਵੀਂ ਪਾਸ ਸਟੂਡੈਂਟ ਸੀਗਾ। ਹਾਂਜੀ, ਨੋਰਮਲ ਜੀ, ਮੇਰੇ ਨੋਰਮਲ ਪੜ੍ਹਨ ਲਿਖਣ ਦਾ, ਜਿੱਦਾਂ ਆਪਾਂ ਮੁੰਡੇ ਕਹਿੰਦੇ ਨੇ ਬੈਕ ਬੈਂਚਰ ਹੁੰਦੇ, ਵੀ ਪੜ੍ਹਨ ਲਿਖਣ 'ਚ ਥੋੜ੍ਹਾ ਡਾਊਨ ਹੀ ਸੀ, ਜ਼ਿਆਦਾ ਪੜ੍ਹਾਈ ਲਿਖੀ ਹਾਈ ਨਹੀਂ ਸੀ। ਅੱਛਾ, ਪਰ ਮੈਂ ਜਦੋਂ ਕੰਮ ਕਰਦਾ ਆ ਮਕੈਨੀਕਲ, ਤਾਂ ਮੈਂ ਆਪਦੇ ਜਿਹੜੀਆਂ ਖੇਡਾਂ ਹੁੰਦੀਆਂ ਸੀ ਸ਼ੁਰੂ ਤੋਂ, ਉਹਨਾਂ ਨੂੰ ਆਪ ਰਿਪੇਅਰ ਕਰਦਾ, ਆਪ ਬਣਾਉਣੀਆਂ, ਮੇਰੇ ਜ਼ਿਆਦਾਤਰ ਪ੍ਰੋਜੈਕਟ ਮੈਂ ਖੁਦ ਦੇ ਬਣਾ ਕੇ ਖੇਡਦਾ ਸੀ। ਉਦੋਂ ਉਹ ਚੀਜ਼ ਦੀ ਨੌਲੇਜ ਆਉਂਦੀ ਹੁੰਦੀ ਅੱਗੇ ਵੱਧ ਗਈ। ਮੇਰੇ ਕੋਲ ਜਦੋਂ ਮੋਬਾਈਲ ਆਇਆ ਤਾਂ ਸਾਰੇ ਦੇ ਸਾਰੇ ਮੋਬਾਈਲ ਜੋ ਮੁੰਡੇ ਅੱਜ ਕੱਲ੍ਹ ਦੇ ਯੂਜ਼ ਕਰਦੇ ਆ ਫਿਲਮ ਵੇਖਣ ਵਾਸਤੇ ਜਾਂ ਪਬਜੀ ਵਗੈਰਾ ਚੱਲ ਰਹੀ ਅੱਜ, ਉਹਦੇ ਵਾਸਤੇ ਜ਼ਿਆਦਾ ਬੈਨੀਫਿਟ ਵਾਸਤੇ ਆ ਦਿਆ। ਪਰ ਮੈਨੂੰ ਉਹ ਚੀਜ਼ ਤੋਂ ਬਿਲਕੁਲ ਅਲੱਗ ਸੀ, ਮੈਨੂੰ ਗੇਮ ਦਾ ਕਰੇਜ਼ ਨਹੀਂ ਸੀ, ਮੈਨੂੰ ਉਹ ਤੋਂ ਨੌਲੇਜ ਸੀ ਵੀ ਆਪਾਂ ਇਹਨੂੰ ਜੇ ਵਰਤੋਂ ਕਰ ਸਕਦੇ ਹਾਂ ਮੋਬਾਈਲ ਆਪਣੇ ਹੱਥ 'ਚ, ਇਹਦੀ ਵਰਤੋਂ ਕੀ ਕਰਨੀ ਆ, ਜਦਕਿ ਇਹਦੀ ਵਰਤੋਂ ਗਲਤ ਹੋ ਰਹੀ ਹੈ, ਬਣਿਆ ਹੋਰ ਲੋੜ ਵਾਸਤੇ ਆ। ਮੈਂ ਤਾਂ ਸਰਚ ਕਰਦਾ ਚੱਲਿਆ ਚੱਲਿਆ ਚੱਲਦਾ ਆ, ਤੇ ਇਹ ਤੋਂ ਮੈਨੂੰ ਇੱਕ ਥੋੜ੍ਹਾ ਜਿਹਾ ਸਰਾਕ ਜਿਹਾ ਮਿਲ ਗਿਆ ਕਿ ਇਲੈਕਟ੍ਰਿਕ ਵਹੀਕਲ ਬਣ ਸਕਦਾ, ਆਪਾਂ ਇਹਨੂੰ ਸਮਾਨ ਲਿਆ ਕੇ ਤਿਆਰ ਕਰ ਸਕਦੇ, ਉਸ ਤੋਂ ਬਾਅਦ ਮੈਂ ਹੁਣ ਪ੍ਰੋਜੈਕਟ ਅੱਗੇ ਚਲਾਇਆ। ਠੀਕ ਹੈ, ਚਲੋ ਵਧੀਆ। ਤੇ ਭਾਈ ਹੁਣ ਤੱਕ 40 ਤੁਸੀਂ ਦੱਸਿਆ? ਹਾਂਜੀ, 40 ਬਾਈਕ ਮੈਂ ਤਿਆਰ ਕਰਦਾ। ਠੀਕ ਹੈ, ਤੇ ਪਿੰਡਾਂ ਵਾਲਿਆਂ ਨੇ ਸ਼ੁਰੂ 'ਚ ਜੇਡਾ ਨਹੀਂ ਕੀਤਾ ਵੀ ਕਿੱਧਰ? ਬਹੁਤ ਕਰਦੇ ਸੀ, ਜਦੋਂ ਪਹਿਲਾਂ ਬਾਈਕ ਸੀਗਾ ਤਿਆਰ ਕੀਤਾ ਉਦੋਂ ਲੱਗਦਾ ਸੀ ਇੱਧਰ ਕਿੱਧਰ ਮੱਥਾ ਮਾਰਿਆ ਤੋਂ ਬਠਿੰਡੇ ਲੱਗ ਜਾਂਦਾ, 15,000 ਰੁਪਇਆ ਵਧੀਆ ਦੇਣਗੇ। ਅੱਛਾ, ਪਰ ਨਹੀਂ ਜੀ, ਉਦੋਂ ਘਰੋਂ ਵੀ ਥੋੜ੍ਹੀ ਸਪੋਰਟ ਸੀ ਵੀ ਲੱਗਣਾ ਤਾਂ ਹੈ ਹੀ ਨਹੀਂ। ਅੱਛਾ, ਬਿਜਨਸ ਬਿਜਨਸ ਕੰਮ ਆਪਦਾ ਕਰ ਲਾ, ਕੋਈ ਕਰ ਲਾ। ਠੀਕ ਹੈ, ਹੁਣ ਫਿਰ ਫੋਨ ਆਉਂਦੇ ਆ ਦੂਰੋਂ ਦੂਰੋਂ ਫਤਿਹ ਵਾਲੇ ਬੋਲਦੇ ਭਾਈ ਬਾਈਕ ਆ ਜੀ, ਬਹੁਤ ਦੂਰੋਂ ਦੂਰੋਂ ਕਾਲਸ ਆਉਂਦੀਆਂ, ਜ਼ਿਆਦਾਤਰ ਮੈਥੋਂ ਫੋਨ ਪਿੱਕ ਨਹੀਂ ਹੁੰਦੇ, ਪਰ ਕਸਟਮਰ ਕਈ ਇਤਰਾਜ਼ ਦੇ ਵਾਲੇ ਤੁਸੀਂ ਫੋਨ ਵੀ ਨਹੀਂ ਚੱਕਦੇ, ਪਰ ਨਹੀਂ ਜੀ, ਉਹਦੇ ਸਾਡੀ ਮਜਬੂਰੀ ਬਣ ਜਾਂਦੀ ਹੈ, ਫੋਨ ਚੱਕਿਆ ਨਹੀਂ ਜਾਂਦਾ। ਮੈਂ ਆਪਦੇ ਵੱਲ ਫੁੱਲ ਕੋਸ਼ਿਸ਼ ਕਰਦਾ ਕਿ ਮੈਂ ਸਾਰੇ ਦੇ ਸਾਰੇ ਫੋਨ ਚੱਕਾਂ, ਪਰ ਮੈਂ ਇੱਕ ਤਾਂ ਰਿਕਮੈਂਡ ਕਰਦਾ ਕਿ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਇੰਸਟਾ ਜਾਂ ਵਟਸਐਪ ਮੈਸੇਜ ਕਰੋ, ਉਹਦਾ ਰਿਪਲਾਈ ਜਿਹੜਾ ਟਾਈਮ ਪਾ ਕੇ ਵੀ ਹੋ ਜਾਂਦਾ, ਕਾਲ ਦਾ ਜਿਹੜੇ ਨੰਬਰ ਥੱਲੇ ਲੰਘ ਜਾਂਦੇ ਆ ਅਤੇ ਫੋਨ ਦੀ ਸਟੋਰੇਜ ਤੋਂ ਵੀ ਬਾਹਰ ਹੋ ਜਾਂਦੇ ਆ। ਅੱਛਾ ਬਾਈ, ਇਹਦੇ ਬਾਰੇ ਥੋੜ੍ਹਾ ਦੱਸਿਓ, ਇਹਦੇ ਬਾਈਕ ਬਾਰੇ ਜਿਹੜਾ ਕੋਲੇ ਬੈਠ ਕੇ ਇਹਦੇ, ਅਤੇ ਮਾੜਾ ਦੱਸੋ ਸਮਝਾਓ ਇਹ ਕਿਵੇਂ ਤਿਆਰ ਕੀਤੀ ਸਾਰੀ, ਕਿੰਨਾ ਟਾਈਮ ਲੱਗ ਗਿਆ ਇਹਦੇ, ਇਹਦੇ ਨੇੜੇ ਚਲੇ ਜਾਓ ਪਲੀਜ਼ ਇਹਦੇ, ਅਤੇ ਦੱਸੋ ਥੋੜ੍ਹਾ ਜਿਹਾ ਫਿਰ। ਇਹਦੇ ਬਾਈਕ ਆ ਗਿਆ ਜਿਹੜਾ ਮੇਨ ਨੋਰਮਲ ਆ ਜਾਂਦਾ ਇਹਦਾ, ਜਿੱਦਾਂ ਕਸਟਮਰ ਮੈਥੋਂ ਪੁੱਛਦਾ ਕਿ ਆਵਾਜ਼ ਵੀ ਕਰਦੇ ਨੂੰ ਸਟਾਰਟ ਕਰਦੇ ਹੋ, ਜਿਵੇਂ ਤੁਸੀਂ ਦੇਖਦੇ ਆ ਸਟਾਰਟ ਖੜਾ ਜੀ, ਸਟਾਰਟ ਹੋ ਗਿਆ ਇਹ, ਹੁਣ ਬਿਲਕੁਲ ਸਟਾਰਟ ਖੜਾ ਜੀ, ਇਹਦਾ ਕੋਈ ਸਾਊਂਡ ਵਗੈਰਾ ਕੁਛ ਨਹੀਂ ਆਉਣਾ, ਇਲੈਕਟ੍ਰਿਕ ਹੈ ਜੀ। ਠੀਕ ਹੈ, ਤੇ ਇਹਦੇ ਵਿੱਚ ਜਿਵੇਂ ਇੰਜਨ ਤੋਂ ਚੈਨ ਚੱਲਦੀ ਆ, ਹਾਂਜੀ, ਉਸੇ ਪ੍ਰੋਜੈਕਟ ਅਨੁਸਾਰ ਇਹ 'ਚ ਮੋਟਰ ਫਿੱਟ ਕੀਤੀ ਹੋਈ ਆ। ਹਾਂਜੀ, ਇਹਦਾ ਪਾਵਰ ਸਿਲੈਕਸ਼ਨ ਕਰਕੇ ਮੋਟਰ ਫਿੱਟ ਕੀਤੀ ਆ, ਜਿਹੜੀ ਮੋਟਰ ਨੇ ਟਾਇਰ ਨੂੰ ਘੁਮਾਉਣਾ। ਠੀਕ ਹੈ, ਬਸ ਸਿੱਧਾ ਮੇਨ ਕਨੈਕਸ਼ਨ ਇਹਦਾ ਆਹੀ ਫੰਡਾ ਜੀ, ਹੋਰ ਇਹਦੇ 'ਚ ਕੋਈ ਲੰਮੀ ਚੌੜੀ ਹੈ ਨਹੀਂ ਥਿਊਰੀ, ਪਰ ਇਹਦੀ ਮੋਟਰ ਦੇ ਚੱਕੇ ਦੇ ਚੱਕਰ ਲਾਉਣੇ ਆ, ਸਭ ਤੋਂ ਵੱਡਾ ਪ੍ਰੋਜੈਕਟ ਉਹ ਹੈ। ਠੀਕ ਹੈ, ਨੌਜਵਾਨਾਂ ਨੂੰ ਕੀ ਸੁਨੇਹਾ ਬਾਈ ਲਾਸਟ ਦੇ ਵਿੱਚ? ਮੈਂ ਨੌਜਵਾਨਾਂ ਨੂੰ ਆਪਣਾ ਆਹੀ ਸੁਨੇਹਾ ਕਿ ਆਪਣਾ ਜੋ ਵੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੋ ਵੀ ਕੰਮ ਤੁਸੀਂ ਕਰ ਸਕਦੇ ਆ ਜਾਂ ਤੁਹਾਡੇ ਦਿਮਾਗ 'ਚ ਆ ਉਹਨੂੰ ਕਰੋ, ਤੁਹਾਡੀ ਵੀ ਸਪੋਰਟ ਕਰਦਾ ਨਹੀਂ ਕਰਦਾ ਉਹ ਬਾਅਦ ਦੀ ਗੱਲ ਆ, ਪੈਸਾ ਹੈਗਾ ਹੈ ਨਹੀਂ ਕੋਈ ਵੱਡੀ ਗੱਲ ਨਹੀਂ। ਜਿੱਦੇ ਮੈਂ ਕੰਮ ਸ਼ੁਰੂ ਕਰਿਆ ਮੇਰੇ ਕੋਲ 100 ਦਾ ਨੋਟ ਵੀ ਨਹੀਂ ਸੀ, ਬਿਲਕੁਲ ਜੀਰੋ ਲੈਵਲ ਤੋਂ ਕਰਿਆ ਸੀਗਾ ਜੀ, ਅਤੇ ਮੇਰੇ ਤੋਂ ਵੱਡੇ ਲੈਵਲ ਦੇ ਵੀ ਬੰਦੇ ਬਹੁਤ ਬੈਠੇ ਆ, ਵੱਧ ਨੌਲੇਜ ਵਾਲੇ ਵੀ ਬੈਠੇ ਆ, ਉਹ ਆਪਣੇ ਲੈਵਲ 'ਤੇ ਅੱਗੇ ਜਾ ਸਕਦੇ ਆ।